ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਅੱਜ ਦੇ ਲੈਕਚਰ ਦਾ ਵਿਸ਼ਾ ਹੈ ਸ਼ਹੀਦ ਭਾਈ ਤਾਰਾ ਸਿੰਘ ਵਾਂ। ਸਿੱਖ ਧਰਮ ਦੇ ਇਤਿਹਾਸ ਦੇ ਵਿੱਚ ਇੱਕ ਗੱਲ ਵਿਸ਼ੇਸ਼ ਹੈ ਕਿ ਜਿਸ ਸੱਚਾਈ ਦੇ ਰਸਤੇ ਉੱਪਰ ਗੁਰੂ ਸਾਹਿਬਾਨ ਆਪ ਚੱਲਦੇ ਰਹੇ, ਉਸੇ ਰਸਤੇ ਉੱਪਰ ਹੀ ਪੁਰਾਤਨ ਸਿੱਖ ਦਸਮ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਦੇ ਬਾਅਦ ਵੀ ਆਪਣਾ ਜੀਵਨ ਬਿਤਾਉਂਦੇ ਰਹੇ ਹਨ। ਗੁਰੂ ਸਾਹਿਬਾਨ ਜੀ ਨੇ ਮਨੁੱਖਤਾ ਦੀ ਭਲਾਈ ਦੇ ਖਾਤਰ ਆਪਣਾ ਸਾਰਾ ਸਰਬੰਸ ਵਾਰਨ ਤੋਂ ਵੀ ਗੁਰੇਜ਼ ਨਹੀਂ ਕੀਤਾ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਮਨੁੱਖੀ ਇਤਿਹਾਸ ਦੀ ਇੱਕ ਅਨੋਖੀ ਮਿਸਾਲ ਹੈ ਕਿ ਕਿਸੇ ਹੋਰ ਧਰਮ ਨੂੰ ਬਚਾਉਣ ਦੇ ਲਈ ਗੁਰੂ ਜੀ ਨੇ ਆਪਣਾ ਸੀਸ ਤੱਕ ਕੁਰਬਾਨ ਕਰ ਦਿੱਤਾ। ਇਸ ਤਰ੍ਹਾਂ ਦੀ ਹੀ ਸਪੇਟ ਗੁਰੂ ਘਰ ਦੇ ਸਿੱਖਾਂ ਦੇ ਵਿੱਚ ਵੀ ਦੇਖਣ ਨੂੰ ਮਿਲਦੀ ਹੈ। ਜਿਵੇਂ ਕਿ ਭਾਈ ਤਾਰਾ ਸਿੰਘ ਜੀ ਨੇ ਆਪਣੇ ਪਿੰਡ ਦੇ ਗਰੀਬ ਲੋਕਾਂ ਦੇ ਹੱਕ ਵਿੱਚ ਖੜ੍ਹੇ ਹੋ ਕੇ ਅਖੀਰ ਦੇ ਵਿੱਚ ਸ਼ਹੀਦੀ ਦਾ ਜਾਮ ਪੀਤਾ। ਇਹਨਾਂ ਸ਼ਹਾਦਤਾਂ ਪਿੱਛੇ ਇੱਕ ਹੋਰ ਕਾਰਨ ਵੀ ਹੈ, ਉਹ ਹੈ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਰੂਹਾਨੀ ਬਾਣੀ ਦੀ ਪ੍ਰੇਰਨਾ। ਜਿਸ ਬਾਣੀ ਨੂੰ ਮਨ ਵਿੱਚ ਵਸਾਉਣ ਦੇ ਨਾਲ ਮਨੁੱਖ ਅੰਦਰੂਨੀ ਤੌਰ 'ਤੇ ਬਿਲਕੁਲ ਪੱਕਾ ਹੋ ਜਾਂਦਾ ਹੈ। ਉਹ ਵਿਅਕਤੀ ਸਿਰਫ ਸੱਚ ਦੇ ਮਾਰਗ ਨੂੰ ਹੀ ਅਪਣਾਉਂਦਾ ਹੈ, ਚਾਹੇ ਉਸ ਨੂੰ ਕਿੰਨੀਆਂ ਵੀ ਮੁਸੀਬਤਾਂ ਝੱਲਣੀਆਂ ਪੈ ਜਾਣ। ਗੁਰਬਾਣੀ ਨੂੰ ਸਮਝਣ ਵਾਲਾ ਹਰ ਵਿਅਕਤੀ ਨਾ ਇਨਸਾਫੀ ਵਿਰੁੱਧ ਜੂਝਣ ਲਈ ਤਿਆਰ ਰਹਿੰਦਾ ਹੈ। ਉਸ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਕਿ ਮੌਤ ਨੇ ਤਾਂ ਇੱਕ ਦਿਨ ਆਉਣਾ ਹੀ ਹੈ, ਕਿਉਂ ਨਾ ਗੁਰੂ ਦੇ ਦੱਸੇ ਰਾਹ 'ਤੇ ਚੱਲਦਿਆਂ ਹੋਇਆਂ ਹੱਕ ਸੱਚ ਲਈ ਜੂਝ ਕੇ ਸੂਰਮਿਆਂ ਦੀ ਗਿਣਤੀ ਦੇ ਵਿੱਚ ਨਾਮ ਲਿਖਾਇਆ ਜਾਵੇ। ਇਸੇ ਸੰਕਲਪ ਨੂੰ ਗੁਰੂ ਸਾਹਿਬ ਬਾਣੀ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਹਨ, ਮਰਨ ਨ ਮੰਦਾ ਲੋਕਾਂ ਆਖੀਐ, ਜੇ ਕੋਈ ਮਰ ਜਾਣੈ ਮਰਨ ਮੁਣਸਾ ਸੂਰਿਆ ਹੱਕ ਹੈ, ਜੋ ਹੋਏ ਮਰਨ ਪਰਵਾਣੋ ਸੂਰੇ ਸੇਈ ਆਗੈ ਆਖੀਐ ਹੈ, ਦਰਗਹਿ ਪਾਵੈ ਸਾਚੀ ਮਾਣੋ, ਦਰਗਹਿ ਮਾਨ ਪਾਵੈ ਪਤ ਸਿਉਂ ਜਾਵੈ, ਆਗੈ ਦੁੱਖ ਨ ਲਾਗੈ। ਇਸੇ ਸੋਚ ਨੂੰ ਅਪਣਾਉਂਦਿਆਂ ਹੋਇਆਂ ਹੀ ਅਨੇਕ ਸੂਰਬੀਰ ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ। ਜੇਕਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਦੀ ਗੱਲ ਕੀਤੀ ਜਾਵੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਸ਼ਹੀਦ ਭਾਈ ਤਾਰਾ ਸਿੰਘ ਜੀ ਦਾ ਨਾਮ ਆਉਂਦਾ ਹੈ, ਜਿਨ੍ਹਾਂ ਨੂੰ ਕਿ ਸਿੱਖ ਇਤਿਹਾਸ ਦੇ ਵਿੱਚ ਭਾਈ ਤਾਰਾ ਸਿੰਘ ਵਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਵਾਂ ਜੋ ਕਿ ਆਪ ਜੀ ਦਾ ਪਿੰਡ ਹੈ, ਜੋ ਮੌਜੂਦਾ ਜ਼ਿਲ੍ਹਾ ਤਰਨ ਤਾਰਨ ਦੇ ਵਿੱਚ ਪੈਂਦਾ ਹੈ। ਪ੍ਰਸਿੱਧ ਵਿਦਵਾਨ ਡਾਕਟਰ ਸਰਬਜਿੰਦਰ ਸਿੰਘ ਜੀ ਦੇ ਅਨੁਸਾਰ ਪੰਜਾਬ ਦੇ ਮਾਝੇ ਦੀ ਧਰਤੀ ਦੇ ਪਿੰਡ ਵਾਂ ਵਿੱਚ ਭਾਈ ਗੁਰਦਾਸ ਸਿੰਘ ਦੇ ਘਰ ਇੱਕ ਬਾਲ ਨੇ ਜਨਮ ਲਿਆ, ਜੋ ਸਿੱਖ ਸ਼ਹੀਦਾਂ ਦੇ ਇਤਿਹਾਸ ਵਿੱਚ ਭਾਈ ਤਾਰਾ ਸਿੰਘ ਵਾਂ ਦੇ ਨਾਮ ਨਾਲ ਲੋਕ ਦਿਲਾਂ ਦਾ ਹਿੱਸਾ ਹੈ। ਆਪ ਜੀ ਨੂੰ ਅੰਮ੍ਰਿਤ ਦੀ ਦਾਤ ਭਾਈ ਮਣੀ ਸਿੰਘ ਹੱਥੋਂ ਪ੍ਰਾਪਤ ਹੋਈ। ਗੁਰੂ ਦਾ ਇਹ ਸਿੱਖ ਜਿੱਥੇ ਪਰ ਉਪਕਾਰ ਦੀ ਮੂਰਤ ਸੀ, ਉੱਥੇ ਸੰਤ ਸਿਪਾਹੀ ਹਿਰਦੇ ਦਾ ਮਾਲਕ ਵੀ ਸੀ। ਭਾਈ ਸਾਹਿਬ ਨੇ ਆਪਣੇ ਖੇਤਾਂ ਵਿੱਚ ਇੱਕ ਹਵੇਲੀ ਬਣਾਈ ਹੋਈ ਸੀ, ਜਿੱਥੇ ਕੋਈ ਵੀ ਰੱਬੀ ਜੀ ਆ ਕੇ ਭੋਜਨ ਛਕ ਸਕਦਾ ਸੀ। ਰੋਟੀ ਅਤੇ ਮੰਜੀ ਉੱਥੇ ਹਮੇਸ਼ਾ ਤਿਆਰ ਰਹਿੰਦੀ ਸੀ। ਭਾਈ ਤਾਰਾ ਸਿੰਘ ਵਾਂ ਜੀ ਦੇ ਜੀਵਨ ਬਾਰੇ ਜੋ ਸਭ ਤੋਂ ਪੁਰਾਣਾ ਗੁਰਮੁਖੀ ਸਰੋਤ ਮਿਲਦਾ ਹੈ, ਉਹ ਰਤਨ ਸਿੰਘ ਭੰਗੂ ਦੁਆਰਾ ਰਚਿਤ ਸ਼੍ਰੀ ਗੁਰਪੰਥ ਪ੍ਰਕਾਸ਼ ਹੈ। ਸ਼੍ਰੀ ਗੁਰਪੰਥ ਪ੍ਰਕਾਸ਼ ਵਿੱਚ ਆਪ ਜੀ ਦੀ ਸ਼ਹੀਦੀ ਦੇ ਕਾਰਨਾਂ ਅਤੇ ਸ਼ਹੀਦੀ ਬਾਰੇ ਵਿਸਥਾਰਪੂਰਵਕ ਵਰਣਨ ਪ੍ਰਾਪਤ ਹੁੰਦਾ ਹੈ। ਭਾਈ ਰਤਨ ਸਿੰਘ ਭੰਗੂ ਅਨੁਸਾਰ ਭਾਈ ਤਾਰਾ ਸਿੰਘ ਜੀ ਦਾ ਪਿੰਡ ਨੁਸ਼ਹਿਰਾ ਕਸਬਾ ਦੇ ਅਧੀਨ ਆਉਂਦਾ ਸੀ। ਇਸ ਨੂੰ ਨੁਸ਼ਹਿਰਾ ਪੰਨੂਆਂ ਵੀ ਕਿਹਾ ਜਾਂਦਾ ਹੈ। ਇੱਥੋਂ ਦਾ ਚੌਧਰੀ ਸਾਹਿਬ ਰਾਏ ਸੀ। ਸਾਹਿਬ ਰਾਏ ਜੋ ਕਿ ਗਰੀਬਾਂ ਨੂੰ ਪਸੰਦ ਨਹੀਂ ਸੀ ਕਰਦਾ, ਨਾਲ ਹੀ ਸਿੱਖਾਂ ਦਾ ਵਿਰੋਧੀ ਅਤੇ ਹੰਕਾਰੀ ਬੰਦਾ ਸੀ। ਪਿੰਡ ਦੇ ਜੋ ਲੋਕ ਸਨ ਉਹਨਾਂ ਦੀ ਰੋਜ਼ੀ ਰੋਟੀ ਦਾ ਸਾਧਨ ਕਿਰਸਾਨੀ ਸੀ। ਸਾਹਿਬ ਰਾਏ ਆਪਣੇ ਡੰਗਰਾਂ ਅਤੇ ਘੋੜੀਆਂ ਨੂੰ ਲੋਕਾਂ ਦੇ ਖੇਤਾਂ ਦੇ ਵਿੱਚ ਖੁੱਲ੍ਹਾ ਛੱਡ ਦਿੰਦਾ ਸੀ, ਜਿਸ ਕਾਰਨ ਲੋਕਾਂ ਦੀਆਂ ਫਸਲਾਂ ਦਾ
ਕਾਫੀ ਨੁਕਸਾਨ ਹੋ ਰਿਹਾ ਸੀ। ਪਰ ਸਾਹਿਬ ਰਾਏ ਦੇ ਡਰ ਕਾਰਨ ਇਹਨਾਂ ਗਰੀਬ ਕਿਸਾਨਾਂ ਦਾ ਹੌਂਸਲਾ ਨਹੀਂ ਸੀ ਪੈਂਦਾ ਕਿ ਉਹ ਇਹਨਾਂ ਡੰਗਰਾਂ ਜਾਂ ਘੋੜਿਆਂ ਨੂੰ ਆਪਣੇ ਖੇਤਾਂ ਵਿੱਚੋਂ ਕੱਢ ਦੇਣ। ਦਰਅਸਲ ਦੇ ਵਿੱਚ ਆਮ ਜਨਤਾ ਹਮੇਸ਼ਾ ਡਰ ਵਿੱਚ ਹੀ ਰਹਿੰਦੀ ਸੀ। ਇੱਥੇ ਕੁਝ ਲੋਕ ਗੁਰੂ ਦੀ ਦਾਤ ਲੈ ਕੇ ਅੰਮ੍ਰਿਤ ਛੱਕ ਕੇ ਸਿੰਘ ਸੱਜ ਗਏ ਅਤੇ ਉਹ ਨਿਡਰ ਭਾਵਨਾ ਵਾਲੇ ਹੋ ਗਏ ਸਨ। ਉਹ ਸਿੰਘ ਇਕੱਠੇ ਹੋ ਕੇ ਸਾਹਿਬ ਰਾਏ ਕੋਲ ਗਏ ਅਤੇ ਉਸ ਨੂੰ ਸਮਝਾਇਆ ਕਿ ਆਪਣੇ ਡੰਗਰ ਘੋੜੀਆਂ ਗਰੀਬਾਂ ਦੇ ਖੇਤਾਂ ਵਿੱਚ ਨਾ ਛੱਡਿਆ ਕਰੋ, ਕਿਉਂਕਿ ਇਸ ਨਾਲ ਉਹਨਾਂ ਦੀਆਂ ਫਸਲਾਂ ਦਾ ਕਾਫੀ ਨੁਕਸਾਨ ਹੁੰਦਾ ਹੈ, ਜਿਸ ਕਾਰਨ ਉਹਨਾਂ ਦੇ ਘਰ ਦਾ ਗੁਜ਼ਾਰਾ ਚੱਲਣਾ ਵੀ ਬਹੁਤ ਮੁਸ਼ਕਲ ਹੋ ਗਿਆ ਹੈ। ਚੌਧਰੀ ਸਾਹਿਬ ਰਾਏ, ਜੋ ਕਿ ਹੰਕਾਰ ਦੇ ਨਾਲ ਭਰਿਆ ਹੋਇਆ ਸੀ, ਨੇ ਸਿੰਘਾਂ ਦੀ ਗੱਲ ਸੁਣਨ ਦੀ ਬਜਾਏ ਉਹਨਾਂ ਨੂੰ ਕਿਹਾ ਕਿ ਤੁਸੀਂ ਹੁੰਦੇ ਕੌਣ ਹੋ ਮੈਨੂੰ ਇੰਨੀ ਗੱਲ ਕਹਿਣ ਵਾਲੇ? ਮੈਂ ਤੁਹਾਨੂੰ ਉੱਪਰ ਸਰਕਾਰੀ ਦਰਬਾਰੇ ਸ਼ਿਕਾਇਤ ਲਾ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਵਾਂਗਾ। ਸਾਰੇ ਸਿੰਘ ਵਾਪਸ ਆ ਗਏ। ਭਾਈ ਰਤਨ ਸਿੰਘ ਭੰਗੂ ਲਿਖਦਾ ਹੈ, ਦੋਏ ਘੋੜੀ ਉਸ ਘਰ ਥੀ ਚੰਗੀ, ਪਰ ਖੇਤੀ ਚਰਾਵਤ ਨਹਿ ਸੰਗੀ, ਤਹਿ ਪੀ ਦੋਏ ਸਿੰਘ ਖੇਤੀ ਕਰਾਵਤ, ਸੋ ਘੋੜੀ ਚੌਧਰੀ ਚਰ ਜਾਵਤ, ਤੋ ਸਿੰਘ ਸਾਹਿਬ ਰਾਏ ਪਹਿ ਗਏ, ਬੰਨੋ ਘੋੜੀ ਤੋ ਹਮ ਖੇਤ ਰਹੇ, ਤੋ ਚੌਧਰੀ ਕਹੀ ਸਿੰਘਨ ਉਚਾਰ, ਹਮ ਚਹਿ ਮੁਨੈ ਤੁਮ ਸਿਰ ਕੇ ਵਾਰ, ਸੁਣ ਸਿੰਘਨ ਤਨ ਮਨ ਲੱਗੀ ਆਗ, ਕਹੈ ਕਹਾਂ ਕਰੈ ਕਿਛ ਕਾਬੂ ਨਾ ਲਾਗ। ਚੌਧਰੀ ਸਾਹਿਬ ਰਾਏ ਨੂੰ ਮਿਲਣ ਦਾ ਕੋਈ ਨਤੀਜਾ ਨਾ ਨਿਕਲਿਆ। ਕੁਝ ਦਿਨਾਂ ਬਾਅਦ ਨਵੇਂ ਨਵੇਂ ਸਿੰਘ ਸਜੇ ਸਰਦਾਰ ਬਘੇਲ ਸਿੰਘ ਅਤੇ ਸਰਦਾਰ ਅਮਰ ਸਿੰਘ ਦੇ ਖੇਤਾਂ ਵਿੱਚ ਸਾਹਿਬ ਰਾਏ ਦੀਆਂ ਘੋੜੀਆਂ ਆ ਗਈਆਂ। ਇਹਨਾਂ ਦੋਨਾਂ ਸਿੰਘਾਂ ਨੇ ਘੋੜੀਆਂ ਨੂੰ ਫੜ ਲਿਆ ਅਤੇ ਘੋੜੀਆਂ ਨੂੰ ਵੇਚ ਦਿੱਤਾ। ਵੇਚ ਕੇ ਜਿੰਨੀ ਰਕਮ ਮਿਲੀ ਉਸ ਰਕਮ ਨੂੰ ਭਾਈ ਤਾਰਾ ਸਿੰਘ ਵਾਂ ਦੁਆਰਾ ਚਲਾਏ ਜਾ ਰਹੇ ਲੰਗਰ ਦੇ ਵਿੱਚ ਪਾ ਦਿੱਤੀ। ਇਹਨਾਂ ਸਿੰਘਾਂ ਨੂੰ ਵੀ ਭਾਈ ਤਾਰਾ ਸਿੰਘ ਜੀ ਨੇ ਆਪਣੇ ਕੋਲ ਹੀ ਰੱਖ ਲਿਆ। ਉੱਧਰ ਸਾਹਿਬ ਰਾਏ ਨੇ ਜੋ ਸੂਹੀਏ ਛੱਡੇ ਹੋਏ ਸਨ ਉਹਨਾਂ ਨੇ ਸਾਹਿਬ ਰਾਏ ਨੂੰ ਇਹ ਖਬਰ ਦਿੱਤੀ ਕਿ ਸਿੰਘਾਂ ਨੇ ਤੁਹਾਡੀਆਂ ਘੋੜੀਆਂ ਵੇਚੀਆਂ ਹਨ ਅਤੇ ਹੁਣ ਉਹ ਸਿੰਘ ਤਾਰਾ ਸਿੰਘ ਦੇ ਡੇਰੇ ਵਿੱਚ ਰਹਿ ਰਹੇ ਹਨ। ਸਾਹਿਬ ਰਾਏ ਇਹ ਗੱਲ ਸੁਣ ਕੇ ਬਹੁਤ ਗੁੱਸੇ ਵਿੱਚ ਆ ਗਿਆ ਅਤੇ ਉਹ ਸਿੱਧਾ ਹੀ ਭਾਈ ਤਾਰਾ ਸਿੰਘ ਦੇ ਡੇਰੇ ਚਲਾ ਗਿਆ। ਉਸਨੇ ਭਾਈ ਤਾਰਾ ਸਿੰਘ ਨੂੰ ਵੰਗਾਰ ਕੇ ਕਿਹਾ ਕਿ ਇਹਨਾਂ ਦੋਹਾਂ ਨੂੰ ਮੇਰੇ ਹਵਾਲੇ ਕਰ ਦਿੱਤਾ ਜਾਵੇ। ਪਰ ਭਾਈ ਤਾਰਾ ਸਿੰਘ ਨੇ ਉਸਨੂੰ ਕਿਹਾ ਕਿ ਇਹ ਚੋਰ ਨਹੀਂ, ਚੋਰ ਤਾਂ ਤੂੰ ਹੈ ਜੋ ਗਰੀਬਾਂ ਦੇ ਖੇਤਾਂ ਵਿੱਚ ਆਪਣੀਆਂ ਘੋੜੀਆਂ ਚਰਾ ਰਿਹਾ ਹੈ। ਸਾਹਿਬ ਰਾਏ ਨੇ ਕਿਹਾ ਕਿ ਮੈਂ ਤੁਹਾਡੀ ਉੱਪਰ ਜਾ ਕੇ ਸ਼ਿਕਾਇਤ ਕਰਾਂਗਾ, ਭਾਵ ਕਿ ਸਰਕਾਰੀ ਦਰਬਾਰੇ ਸ਼ਿਕਾਇਤ ਕਰਾਂਗਾ ਅਤੇ ਸਖ਼ਤ ਸਜ਼ਾ ਦਿਵਾਵਾਂਗਾ। ਪ੍ਰਾਚੀਨ ਪੰਥ ਪ੍ਰਕਾਸ਼ ਦੇ ਕਰਤੇ ਨੇ ਇਸ ਗੱਲਬਾਤ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ, ਤਹਿ ਹੀ ਆਪ ਸਾਹਿਬ ਰਾਏ ਆਇਆ, ਆਏ ਤਾਰੇ ਸਿੰਘ ਬੋਲ ਸੁਣਾਇਆ, ਹਮਰੇ ਦੇਹੇ ਤੂੰ ਚੋਰ ਫੜਾਏ, ਨਹਿ ਦੇਹੈ ਲਿਓ ਲਾਹੌਰ ਮੰਗਵਾਏ, ਅਬ ਤੂੰ ਰੱਖ ਇਨ ਖੂਬ ਸੰਭਾਲ, ਰੁੱਤ ਕਤ ਲੁੱਕ ਜਾ ਵੈ ਤੂੰ ਮਗਾਲ, ਸਿੰਘ ਜੀ ਕਹੀ ਇਹ ਸਿੰਘ ਨਹਿ ਚੋਰ, ਔਰ ਤੂੰ ਹੀ ਚਰਾਵੈ ਖੇਤੀ ਕਰ ਜੋਰ। ਜਦੋਂ ਭਾਈ ਤਾਰਾ ਸਿੰਘ ਜੀ ਨੇ ਚੌਧਰੀ ਸਾਹਿਬ ਰਾਏ ਨੂੰ ਇਹ ਸਾਰੀਆਂ ਗੱਲਾਂ ਕਹੀਆਂ ਤਾਂ ਉਹ ਹੋਰ ਬਹੁਤ ਜ਼ਿਆਦਾ ਕ੍ਰੋਧਿਤ ਹੋ ਗਿਆ। ਉਸਨੇ ਸਿੱਧਾ ਪੱਟੀ ਦੇ ਫੌਜਦਾਰ ਕੋਲ ਜਾ ਕੇ ਭਾਈ ਤਾਰਾ ਸਿੰਘ ਜੀ ਦੀ ਸ਼ਿਕਾਇਤ ਕੀਤੀ। ਡਾਕਟਰ ਬਲਵੰਤ ਸਿੰਘ ਢਿੱਲੋਂ ਅਨੁਸਾਰ ਅੰਮ੍ਰਿਤਸਰ ਤਹਿਸੀਲ ਦਾ ਇੱਕ ਨਗਰ ਜੋ ਪੁਰਾਣੇ ਸਮੇਂ ਵਿੱਚ ਲਾਹੌਰ ਸੂਬੇ ਦਾ ਇੱਕ ਖੇਤਰ ਅਤੇ ਹੈਬਤਪੁਰ ਪੱਟੀ ਕਰਕੇ ਜਾਣਿਆ ਜਾਂਦਾ ਸੀ। ਪੱਟੀ ਦਾ ਫੌਜਦਾਰ ਉਸ ਸਮੇਂ ਜਾਫਰ ਬੇਗ ਸੀ। ਜਾਫਰ ਬੇਗ ਅਦੀਨਾ ਬੇਗ ਦਾ ਸਪੁੱਤਰ ਸੀ ਜੋ ਕਿ ਪੰਜਾਬ ਦਾ ਸੂਬੇਦਾਰ ਰਹਿ ਚੁੱਕਾ ਸੀ। ਜਾਫਰ ਬੇਗ ਨੂੰ ਸਾਹਿਬ ਰਾਏ ਨੇ ਇੱਥੋਂ ਤੱਕ ਝੂਠੀਆਂ ਸ਼ਿਕਾਇਤਾਂ ਲਗਾਈਆਂ ਕਿ ਤਾਰਾ ਸਿੰਘ ਤਾਂ ਪੁਰਾਣਾ ਬਾਗੀ ਹੈ, ਇਹ ਸਿੰਘਾਂ ਨੂੰ ਸ਼ਰਨ ਦਿੰਦਾ ਹੈ। ਜਾਫਰ ਬੇਗ ਨੇ ਬਿਨਾਂ ਕਿਸੇ ਪੜਤਾਲ ਕੀਤਿਆਂ ਆਪਣੇ ਭਤੀਜੇ ਦੀ ਅਗਵਾਈ ਹੇਠ ਫੌਜ ਦੇ ਕੇ ਭਾਈ ਤਾਰਾ ਸਿੰਘ 'ਤੇ ਹਮਲਾ ਕਰਨ ਦੇ ਲਈ ਫੌਜ ਭੇਜ ਦਿੱਤੀ। ਜਦੋਂ ਤੁਰਕ ਫੌਜੀ ਭਾਈ ਤਾਰਾ ਸਿੰਘ ਦੇ ਬੁੰਗੇ ਉੱਪਰ ਹਮਲਾ ਕਰਨ ਲਈ ਆ ਰਹੇ ਸਨ ਤਾਂ ਉਸ ਸਮੇਂ ਸਰਦਾਰ ਬਘੇਲ ਸਿੰਘ ਰਸਤੇ ਦੇ ਵਿੱਚ ਹੀ ਫੌਜ ਨੂੰ ਮਿਲ ਪਿਆ। ਸਰਦਾਰ ਬਘੇਲ ਸਿੰਘ ਜੀ ਸਮਝ ਗਏ ਕਿ ਇਹ ਫੌਜ
ਭਾਈ ਤਾਰਾ ਸਿੰਘ 'ਤੇ ਹਮਲਾ ਕਰਨ ਜਾ ਰਹੀ ਹੈ। ਸਰਦਾਰ ਬਘੇਲ ਸਿੰਘ ਜੀ ਨੇ ਬੜੀ ਫੁਰਤੀ ਦੇ ਨਾਲ ਉਸੇ ਵੇਲੇ ਜਾਫਰ ਬੇਗ ਦੇ ਭਤੀਜੇ ਦਾ ਆਪਣੀ ਕੁਹਾੜੀ ਦੇ ਨਾਲ ਗਲਾ ਵੱਢ ਦਿੱਤਾ। ਜਦੋਂ ਫੌਜ ਦਾ ਮੁੱਖ ਬੰਦਾ ਹੀ ਮਰ ਗਿਆ ਤਾਂ ਸਾਰੀ ਫੌਜ ਪਿੱਛੇ ਭੱਜ ਗਈ ਅਤੇ ਮੈਦਾਨ ਸਿੱਖਾਂ ਦੇ ਹੱਥ ਆ ਗਿਆ। ਜਾਫਰ ਬੇਗ ਆਪਣੇ ਭਤੀਜੇ ਦੀ ਮੌਤ ਦੀ ਖਬਰ ਸੁਣ ਕੇ ਬਹੁਤ ਗੁੱਸੇ ਵਿੱਚ ਆ ਗਿਆ। ਜਾਫਰ ਬੇਗ ਨੇ ਸਿੱਧਾ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਨੂੰ ਜਾ ਕੇ ਸ਼ਿਕਾਇਤ ਕੀਤੀ ਕਿ ਜੇ ਇਸੇ ਤਰ੍ਹਾਂ ਹੀ ਨਰਮਾਈ ਵਰਤੀ ਗਈ ਤਾਂ ਇੱਕ ਦਿਨ ਸਿੱਖ ਲਾਹੌਰ 'ਤੇ ਵੀ ਕਬਜ਼ਾ ਕਰ ਲੈਣਗੇ। ਜ਼ਕਰੀਆ ਖਾਨ ਨੇ ਉਸੇ ਸਮੇਂ ਜਰਨੈਲ ਮੋਮਨ ਖਾਨ ਨੂੰ ਫੌਜ ਦੇ ਕੇ ਤਾਰਾ ਸਿੰਘ 'ਤੇ ਹਮਲਾ ਕਰਨ ਦੇ ਲਈ ਭੇਜ ਦਿੱਤਾ। ਇੱਧਰ ਭਾਈ ਤਾਰਾ ਸਿੰਘ ਅਤੇ ਹੋਰ ਸਿੰਘ ਪਹਿਲਾਂ ਹੀ ਹਮਲੇ ਦਿਓਂ ਸਥਿਤੀ ਨੂੰ ਸਮਝ ਗਏ ਸਨ ਕਿ ਹੁਣ ਦੂਸਰਾ ਹਮਲਾ ਵੀ ਮੁਗਲਾਂ ਵੱਲੋਂ ਜ਼ਰੂਰ ਕੀਤਾ ਜਾਵੇਗਾ। ਇਸ ਲਈ ਸਿੱਖ ਵੀ ਤਿਆਰ ਸਨ। ਭਾਈ ਤਾਰਾ ਸਿੰਘ ਜੀ ਨੇ ਸਾਰੇ ਸਿੱਖਾਂ ਨੂੰ ਸੰਬੋਧਨ ਕੀਤਾ ਹੋਇਆ ਸੀ ਕਿ ਜੋ ਆਪਣੀ ਜਾਨ ਬਚਾਉਣੀ ਚਾਹੁੰਦਾ ਹੈ ਉਹ ਆਪਣੀ ਜਾਨ ਬਚਾ ਸਕਦਾ ਹੈ, ਡੇਰੇ ਵਿੱਚੋਂ ਬਾਹਰ ਜਾ ਸਕਦਾ ਹੈ। ਭਾਈ ਤਾਰਾ ਸਿੰਘ ਜੀ ਨੇ ਕਿਹਾ ਕਿ ਮੈਂ ਤਾਂ ਗੁਰੂ ਦੇ ਹੁਕਮ ਅਨੁਸਾਰ ਹੀ ਸ਼ਹੀਦੀ ਪਾਵਾਂਗਾ, ਪਰ ਇਹ ਵੀ ਗੁਰੂ ਦੀ ਹੀ ਬਖਸ਼ਿਸ਼ ਸੀ ਕਿ ਕੋਈ ਵੀ ਸਿੰਘ ਭਾਈ ਤਾਰਾ ਸਿੰਘ ਜੀ ਨੂੰ ਛੱਡ ਕੇ ਜਾਣ ਲਈ ਤਿਆਰ ਨਹੀਂ ਸਨ। ਇਤਿਹਾਸਕ ਲਿਖਤਾਂ ਦੇ ਵਿੱਚ ਉਹਨਾਂ ਪ੍ਰਮੁੱਖ ਸਿੱਖਾਂ ਦੇ ਨਾਮ ਅਤੇ ਪਿੰਡਾਂ ਦਾ ਜ਼ਿਕਰ ਆਉਂਦਾ ਹੈ ਜਿਹੜੇ ਉਸ ਸਮੇਂ ਭਾਈ ਤਾਰਾ ਸਿੰਘ ਜੀ ਦੇ ਨਾਲ ਡਟ ਕੇ ਖੜ੍ਹੇ ਸਨ। ਜਿਵੇਂ ਕਿ ਰਤਨ ਸਿੰਘ ਭੰਗੂ ਲਿਖਦਾ ਹੈ, ਵਸਾਵਾ ਸਿੰਘ ਕੋਇਰ ਸਿੰਘ ਨਾਏ, ਬ੍ਰਹਮਣ ਸ਼ਾਹੀ ਝੱਲੀਓ ਥਾਏ, ਸਮੁੰਦ ਸਿੰਘ ਔ ਝਾਬਰ ਸਿੰਘ ਜੋ, ਸੰਘ ਹੁਤੇ ਤਾਰੇ ਸਿੰਘ ਮੁਲਤਾਨੀਏ ਦੋ, ਸੂਰਾ ਸਿੰਘ ਆਇਓ ਖਹ ਲੜਿਓ ਤਖਾਣ, ਸੁਣ ਚਿੱਠਾ ਚਿੱਤ ਸ਼ਹੀਦੀ ਠਾਣ, ਲਖਮੀਰ ਸਿੰਘ ਕਰਸਾਲਿਓ ਸੰਦਵੇਟਾ, ਤਿਨ ਆਏ ਕਰੀ ਤਾਰੇ ਸਿੰਘ ਸੁਭੇਟਾ, ਦੋ ਸਿੰਘ ਪੜਾਨੀਏ ਸੰਧੂ ਆਣ ਰਲੇ, ਮਾਲੀ ਸਿੰਘ ਗੁਰਬਖਸ਼ ਸਿੰਘ ਭਲੇ, ਭੀਮ ਸਿੰਘ ਬਾਦਲ ਸਿੰਘ ਰੱਤੋਕੀ ਆਏ, ਸੁਨਤ ਅਰਦਾਸ ਆਏ ਤੇ ਊਤਾਏ, ਮੇਘ ਸਿੰਘ ਮਦਹਾ ਕਾ ਗਿੱਲ, ਹਾਤਾ ਸਿੰਘ ਚੁੰਗੋ ਹਿਤ ਜਿੱਲ, ਬਲਾਕਾ ਸਿੰਘ ਸਾਂਗਣ ਕਾ ਸੇਖੋ, ਜੋਧ ਸਿੰਘ ਬਾਜਵਾ ਨਾਰੋਂ ਵਾਲੋ ਲੇਖੋ, ਭੋਗੜ ਸਿੰਘ ਔਰ ਸਾਲ ਸਿੰਘ ਪਰਦੇਸੀ ਪਸ਼ੌਰੀਏ ਜੋਏ, ਖੁਤ ਤਾਰੈ ਸਿੰਘ ਪੀ ਵਹਿ ਸੰਗੈ, ਉਨ ਮਿੱਥੀ ਸ਼ਹੀਦੀ ਦੋਏ। ਇਹਨਾਂ ਸਾਰੇ ਪ੍ਰਮੁੱਖ ਸਿੱਖਾਂ ਤੋਂ ਬਿਨਾਂ ਹੋਰ ਕਈ ਸਿੱਖ ਸਨ ਜੋ ਡਟ ਕੇ ਭਾਈ ਤਾਰਾ ਸਿੰਘ ਜੀ ਨਾਲ ਖੜ ਗਏ। ਗਿਆਨੀ ਭਜਨ ਸਿੰਘ ਜੀ ਦੇ ਅਨੁਸਾਰ ਮੋਮਨ ਖਾਨ ਨਾਲ ਤਕਰੀਬਨ 4,000 ਦੀ ਫੌਜ ਸੀ ਅਤੇ ਉੱਧਰ ਦੂਸਰੇ ਪਾਸੇ ਕੁੱਲ 400 ਸਿੰਘ ਸਨ, ਪਰ ਇਹਨਾਂ 400 ਸਿੰਘਾਂ ਦੇ ਵਿੱਚ ਇੰਨੀ ਦ੍ਰਿੜਤਾ ਸੀ ਕਿ ਇਹ ਕਿਸੇ ਵੀ ਵੱਡੀ ਤੋਂ ਵੱਡੀ ਹਕੂਮਤ ਨਾਲ ਟਕਰਾ ਸਕਦੇ ਸਨ। ਦੂਸਰੇ ਪਾਸੇ ਮੋਮਨ ਖਾਨ ਜਿਸ ਸਮੇਂ ਫੌਜ ਲੈ ਕੇ ਪਹੁੰਚਿਆ ਉਸ ਸਮੇਂ ਰਾਤ ਦਾ ਹਨੇਰਾ ਸੀ। ਰਾਤ ਦੇ ਹਨੇਰੇ ਦਾ ਸਿੰਘਾਂ ਨੇ ਫਾਇਦਾ ਉਠਾਇਆ। ਸਿੰਘ ਤਾਂ ਉਸ ਇਲਾਕੇ ਦੇ ਭੇਤੀ ਸਨ, ਜਿਸ ਕਰਕੇ ਸਿੱਖਾਂ ਨੇ ਮੁਗਲ ਸੈਨਾ ਦੇ ਕਾਫੀ ਸੈਨਿਕਾਂ ਨੂੰ ਮਾਰ ਮੁਕਾ ਦਿੱਤਾ। ਸਾਰੀ ਰਾਤ ਲੜਾਈ ਹੁੰਦੀ ਰਹੀ। ਜਿਸ ਸਮੇਂ ਸਵੇਰ ਹੋਈ ਉਦੋਂ ਮੁਗਲ ਸੈਨਾ ਨੂੰ ਸਿੱਖ ਦਿਖਾਈ ਦਿੱਤੇ ਕਿ ਸਿੱਖਾਂ ਨੇ ਕਿੱਥੇ ਕਿੱਥੇ ਮੋਰਚਾ ਲਾਇਆ ਹੋਇਆ ਹੈ। ਸਵੇਰ ਦੇ ਚਾਨਣ ਸਮੇਂ ਮੁਗਲ ਸੈਨਾ ਨੇ ਦੂਰੋਂ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਭਾਈ ਤਾਰਾ ਸਿੰਘ ਜੀ ਪੂਰੀ ਵੀਰਤਾ ਦੇ ਨਾਲ ਲੜ ਰਹੇ ਸਨ। ਲੜਦੇ ਲੜਦੇ ਇੱਕ ਸਮਾਂ ਅਜਿਹਾ ਆਇਆ ਕਿ ਦੁਸ਼ਮਣ ਦੀ ਤਲਵਾਰ ਦੇ ਨਾਲ ਆਪ ਜੀ ਸ਼ਹੀਦ ਹੋ ਗਏ। ਭਾਈ ਰਤਨ ਸਿੰਘ ਭੰਗੂ ਲਿਖਦੇ ਹਨ, ਵੈਕਰ ਹੱਲਾ ਸਿੰਘਨ ਪਰ ਪਏ, ਉੱਤੇ ਤੈ ਸਿੰਘ ਪਿਸਨਮੁਖ ਆਏ, ਮਨਸਾ ਰਾਮ ਔ ਦਇਆ ਰਾਮ, ਮਾਰ ਸਿੰਘਨ ਸੋ ਉਸ ਹੀ ਥਾਮ, ਤਿਹ ਫੌਜ ਗਈ ਤੁਰਕਨ ਪਰਾਈ, ਰਹਿਓ ਮੈਦਾਨ ਸਿੰਘਨ ਕੈ ਪਾਈ, ਤੋ ਦਿਨ ਚੜ੍ਹੈ ਭਇਓ ਉਜਿਆਲਾ, ਮੁੜ ਤੁਰਕਨ ਕੀਓ ਖੇਤ ਸੰਭਾਲਾ, ਕੋ ਕਿਤੇ ਸਿੰਘ ਦਿਸੈ ਖੜਾ, ਔਰ ਮਾਰਿਓ ਔ ਦੇਖਿਓ ਪੜਾ, ਵੈ ਦੂਰੋਂ ਹੀ ਬੰਦੂਕ ਚਲਾਵੈ, ਉੱਠ ਨੇੜ ਢੁਕੈ ਤੇ ਸ਼ੀਹ ਆਣਾ ਆਵੈ, ਬਾਕੀ ਮਾਰ ਸਿੰਘ ਇਮ ਦਏ, ਫਿਰ ਚੁੱਕ ਸਭਨ ਕੇ ਸਿਰ ਕੱਟ ਲਏ, ਇਮ ਤਾਰੈ ਸਿੰਘ ਸ਼ਹੀਦੀ ਪਾਈ, ਸਿੰਘ ਨਿਵੇ ਉਸ ਸੰਘ ਸਭ ਬਾਈ, ਇਮ ਤਾਰੈ ਸਿੰਘ ਜੀ ਸਾਕੋ ਕੀਆ,
ਮਸ਼ਹੂਰ ਸਭ ਜਗ ਮੈਂ ਥੀਆ। ਗੁਰ ਕੋ ਵਾਕ ਜਿਸ ਐਸ ਕਮਾਇਆ, ਸੀਸ ਦਿਓ ਪਰ ਸਿਰ ਨ ਦਾਇਆ। ਗੁਰੂ ਦੇ ਪੂਰਨਿਆਂ ਉੱਪਰ ਚੱਲਦੇ ਹੋਏ ਹੀ ਭਾਈ ਤਾਰਾ ਸਿੰਘ ਜੀ ਸ਼ਹੀਦੀ ਪਾ ਗਏ। ਸਿੱਖ ਪੰਥ ਵਿਸ਼ਵ ਕੋਸ਼ ਵਿੱਚ ਇਹ ਲਿਖਿਆ ਵੀ ਮਿਲਦਾ ਹੈ ਕਿ ਭਾਈ ਤਾਰਾ ਸਿੰਘ ਜੀ ਸਮੇਤ ਹੋਰ 21 ਸਿੰਘਾਂ ਦੇ ਸ਼ਹੀਦ ਹੋਣ ਤੋਂ ਬਾਅਦ ਉਹਨਾਂ ਦੇ ਸਿਰਾਂ ਨੂੰ ਨੇਜਿਆਂ ਉੱਪਰ ਟੰਗ ਕੇ ਮੋਮਨ ਖਾਂ ਲਾਹੌਰ ਲੈ ਕੇ ਚਲਾ ਗਿਆ ਸੀ। ਭਾਈ ਤਾਰਾ ਸਿੰਘ ਦੇ ਸ਼ਹੀਦ ਹੋਣ ਦੀ ਸੂਚਨਾ ਜਦੋਂ ਖਾਲਸੇ ਨੂੰ ਮਿਲੀ ਤਾਂ ਸੰਨ 1726 ਈਸਵੀ ਵਿੱਚ ਹੋਏ ਸਰਬੱਤ ਖਾਲਸੇ ਵਿੱਚ ਗੁਰਮਤੇ ਦੁਆਰਾ ਬਦਲਾ ਲੈਣ ਤੋਂ ਇਲਾਵਾ ਇਹ ਵੀ ਫੈਸਲਾ ਕੀਤਾ ਗਿਆ ਕਿ ਜਿਨ੍ਹਾਂ ਨੇ ਮੁਖਬਰੀ ਕਰਕੇ ਫੌਜ ਚੜ੍ਹਾ ਲਿਆਂਦੀ ਸੀ ਉਹਨਾਂ ਨੂੰ ਕਠੋਰ ਦੰਡ ਦਿੱਤਾ ਜਾਵੇ ਅਤੇ ਸਰਕਾਰੀ ਖਜ਼ਾਨਿਆਂ ਅਤੇ ਅਸਲਾਖਾਨਿਆਂ ਨੂੰ ਲੁੱਟਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।